ਬਟਾਲਾ 'ਚ ਅੰਮ੍ਰਿਤਸਰ ਰੋਡ 'ਤੇ ਮੌਜੂਦ ਸਪਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਭਿਆਨਕ ਅੱਗ ਲੱਗ ਗਈ। ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਜਿਸ ਵਿੱਚ 6,000 ਲੀਟਰ ਤੇਲ ਸੀ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਦੁਕਾਨ ਮਾਲਕ ਸੁਰਿੰਦਰ ਪਾਲ ਮੁਤਾਬਕ ਇਸ ਅੱਗ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਸਵਾਤੀ ਸਟੀਲ ਇੰਡਸਟਰੀ, ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕੁਇਡ ਆਇਲ ਪਿਆ, ਉਹਨੂੰ ਅੱਗ ਲੱਗ ਗਈ ਆ। ਅਤੇ ਰਾਹ 'ਚ ਆਉਂਦੇ ਸਮੇਂ ਜਦੋਂ ਆਹ ਬੱਸ ਸਟੈਂਡ ਤੋਂ ਬੇਰਿੰਗ ਕੋਲਜ ਦਾ ਏਰੀਆ ਨਾ, ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ, ਅਤੇ ਉਹ ਜਿਹੜੀ ਟ੍ਰੈਫਿਕ ਆ ਨਾ, ਉਹਦਾ ਕੋਈ ਹੱਲ ਹੋਣਾ ਚਾਹੀਦਾ। ਕਿਤੇ ਵੀ ਅੱਗ ਲੱਗਦੀ ਹੈ, ਜਦੋਂ ਵੀ ਗੱਡੀਆਂ ਕਹਿ ਲਓ ਵੀ ਇੱਧਰੋਂ ਇਸ ਰੋਡ ਤੋਂ ਅੱਗੇ ਲਿਜਾਣੀਆਂ ਹੋਣ ਨਾ, ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ। ਮੌਕੇ 'ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਚਵੱਚਾ ਬਣਾਇਆ, ਉਹਦੇ ਵਿੱਚ ਜੋ ਵੀ ਲੀਕੁਇਡ ਸੀਗਾ, ਅਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ, ਅਤੇ ਉਹਨੂੰ ਤਕਰੀਬਨ 20 ਮਿੰਟ ਦੇ ਵਿੱਚ ਬੁਝਾ ਦਿੱਤਾ ਗਿਆ। ਮੇਰਾ ਨਾਮ ਸੁਰਿੰਦਰ ਲਾਲ ਹੈ ਜੀ। ਵੇਦ ਕ੍ਰਿਸਟੀ ਇੰਡਸਟਰੀ ਫਰਮ ਹੈ, ਔਰ ਸਾਡਾ ਰੇਲਵੇ ਪ੍ਰੋਡਕਟ ਬਣਦਾ, ਪੀਆਰਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ, ਰੇਲਵੇ ਟਰੈਕ ਆਈਟਮਸ, ਉਹ ਸਾਰੀ ਹੌਟ 'ਤੇ ਬਣਦੀ ਮਾਲ, ਜਿਹੜਾ ਉੱਥੇ ਗਰਮ ਭੱਠੀ ਕਰਕੇ ਨਾ ਫਿਰ ਮਾਲ ਬਣਦਾ। ਤੋ ਅਚਾਨਕ ਜਿਹੜਾ ਨਾ ਸਵੇਰੇ ਚੱਲਦੇ ਚੱਲਦੇ ਅੱਗ ਲੱਗ ਗਈ ਕੁਇੰਚਿੰਗ ਆਇਲ ਨੂੰ। ਕੁਇੰਚਿੰਗ ਆਇਲ ਦਾ ਪੂਰਾ ਟੈਂਕ ਹੈ ਜਿਹੜਾ 6,000 ਲੀਟਰ ਮਾਲ ਕਮ ਸੇ ਕਮ ਉਹ 'ਚ ਪੈਂਦਾ, ਆਪਣੇ 6,000 ਤੋਂ ਵੱਧ ਹੀ ਪੈਂਦਾ, ਉਹ ਸਾਰਾ ਸੜ ਗਿਆ। ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜੇ ਡਰੰਮ ਪੈਂਦੇ ਨੇ, ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਹੈ ਜਿਹੜਾ ਸੜ ਗਿਆ। ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ। ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ, ਉਹਦੀ ਹੀਟ ਜ਼ਿਆਦਾ ਹੁੰਦੀ।